ਦਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਘਟਨਾ ਸਿੱਖ ਇਤਿਹਾਸ ਦੇ ਹਵਾਲੇ ਨਾਲ 1837 ਚ ਅੱਜ ਦੇ ਦਿਨ ਬਹਾਦਰ ਸਿੱਖ ਜਰਨੈਲ ਹਰੀ ਸਿੰਘ ਨਲਵਾ ਜਮਰੋਦ ਦੀ ਜੰਗ ਵਿੱਚ ਸ਼ਹੀਦ ਹੋਏ ਇਹ ਯਤਿਮ ਬੱਚਾ ਜਿਸ ਦੇ ਪਿਤਾ ਮਾਤਾ ਛੋਟੀ ਉਮਰ ਚ ਚੜ੍ਹਾਈ ਕਰ ਗਏ ਚਾਚੇ ਹਰੀ ਸਿੰਘ ਨੇ ਹੀ ਪਾਲਿਆ ਲਗਭਗ 14 ਸਾਲ ਦੀ ਉਮਰ ਚ ਬਸੰਤ ਪੰਚਮੀ ਜਿਹੜਾ ਖਾਸ ਤੌਰ ਦੇ ਉੱਤੇ ਲਾਹੌਰ ਦੇ ਵਿੱਚ ਵੱਡਾ ਫੈਸਟੀਵਲ ਹੁੰਦਾ ਸੀ ਸਿਕ ਰਾਜਵੇੜੇ ਉਹਦੇ ਚ ਬੈਸਟ ਜਿਹੜੇ ਨੇ ਉਸ ਸਾਰੇ ਸਪੋਰਟਸ ਟੂਰਨਾਮੈਂਟਸ ਤੋਂ ਨਿਕਲੇ ਔਰ ਮਰਜ਼ਾ ਰਣਜੀਤ ਸਿੰਘ ਤੋਂ ਜਦੋਂ ਐਵਾਰਡ ਲੈਣ ਗਏ ਤਾਂ ਉਹਨਾਂ ਨੇ ਦੇਖਿਆ ਜਵਾਨ ਲੰਮਾ ਸੋਹਣਾ ਮੁੰਡਾ ਉਹਨਾਂ ਨੇ ਕਿਹਾ ਵੀ ਨੌਕਰੀ ਕਰੇਗਾ ਫੌਜ ਔਰ ਉਹਨਾਂ ਨੇ ਬਹੁਤ ਜਲਦੀ ਆਪਣਾ ਪਰਸਨਲ ਬੋਡੀਗਾਰਡ ਰੱਖ ਲਿਆ ਜਨਰਲ ਸ਼ਿਕਾਰ ਨੂੰ ਨਿਕਲੇ ਸਾਹਮਣੇ ਉਹਦੀ ਇੱਕ ਸ਼ੇਰ ਆਇਆ ਸਾਰੇ ਪਿੱਛੇ ਔਰ ਨਾਨੇ ਹਰੀ ਸਿੰਘ ਨੇ ਜਿਹੜਾ ਆਪਣੀ ਤਲਵਾਰ ਦੇ ਨਾਲ ਉਸ ਸ਼ੇਰ ਨੂੰ ਮਾਰਿਆ ਜੀ ਔਰ ਨਲੂਆ ਇਸ ਤੋਂ ਬਣਿਆ ਸੋ ਇਹ ਹਰੀ ਸਿੰਘ ਨਲੂਆ ਬਹੁਤ ਵੱਡੇ ਜਰਨੈਲ ਦੇ ਤੌਰ ਤੇ ਔਰ ਗਵਰਨਰ ਵੀ ਰਿਹਾ ਕਸ਼ਮੀਰ ਦੇ ਹਜ਼ਾਰੇ ਦੇ ਪਸ਼ਾਵਰ ਦੇ ਪਠਾਣਾ ਦੇ ਉਸ ਬੈਲਟ ਚ ਜਿਨ੍ਹਾਂ ਨੇ ਪਿਛਲੇ 25 ਸਾਲ ਚ ਦੋ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਨੂੰ ਭਜਾਇਆ ਉੱਥੇ ਵੀ ਇਸ ਕਦਰ ਉਹਨਾਂ ਦੇ ਨਾਮ ਦੀ ਇੱਕ ਸਤਕਾਰ ਭਰੀ ਦਹਿਸ਼ਤ ਰਹੀ ਹੈ ਕਿ ਅੱਜ ਵੀ ਉਹਨਾਂ ਦੀ ਪਸ਼ਤੂ ਜ਼ਬਾਨ ਚ ਮਾਵਾ ਬੱਚਿਆਂ ਨੂੰ ਚੁੱਪ ਕਰਾਉਣ ਲਈ ਕਹਿੰਦੇ ਨੇ ਚੁੱਪਸ਼ਾ ਖਰੀਆ ਰਾਗਲਾ ਚੁੱਪ ਕਰ ਹਰੀ ਸਿੰਘ ਨਲੂਆ ਹੈ ਪਰ ਇਹ ਬਹਾਦਰ ਜਰਨੈਲ ਡੋਗਰਿਆਂ ਨੂੰ ਜਿਹੜੇ ਕਿ ਸਾਜ਼ਿਸ਼ੀ ਸਨ ਉਹ ਰੜਕਦਾ ਸੀ ਔਰ ਉਹਨਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਵਿਆਹ ਸੀ ਨਾਨਿਹਾਲ ਸਿੰਘ ਦਾ ਤੇ ਜਿਹੜੀ ਫੌਜ ਜਮਰੌਦ ਜਾਂ ਪਸ਼ਾਵਰ ਚ ਸੀ ਬਹੁਤ ਸਾਰੀ ਇਧਰ ਤੋਰੀ ਹੋਈ ਸੀ ਔਰ ਉਧਰ ਕਬਾਈਲੀ ਹਮਲਾ ਹੋਇਆ ਹਰੀ ਸਿੰਘ ਨਲੂਆ ਨੇ ਮੈਸੇਜ ਭੇਜਿਆ ਲੇਕਿਨ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਹੈ ਸਿਸਟਮ ਤੋਂ ਹੀ ਹੁੰਦਾ ਹੈ ਡਾਇਰੈਕਟ ਮਹਾਰਾਜੇ ਤੱਕ ਪਹੁੰਚਦੇ ਨੇ ਚਿੱਠੀਆਂ ਜੇਬ ਚ ਪਾਉਂਦਾ ਰਿਹਾ ਹਰੀ ਸਿੰਘ ਨਰੂਆ ਬਿਮਾਰ ਸੀ ਪਸ਼ਾਵਰ ਚ ਪਿਆ ਉਹਨੂੰ ਬੀਬੀ ਹਰਸ਼ਰਨ ਕੌਰ ਜਿਹੜੀ ਕਿ ਸਿੱਖਾਂ ਦੀ ਉਸ ਵੇਲੇ ਦੀ ਵੱਡੀ ਸਪਾਈ ਸੀ ਵੱਡੀ ਜਸੂਸ ਸੀ ਉਹ ਇੱਕ ਉਂਠਣੀ ਦੇ ਉੱਤੇ ਸਵਾਰ ਹੋ ਕੇ ਪਠਾਣੀ ਦੇ ਪੇਸ ਜਮਰੋਦ ਚੋਂ ਨਿਕਲ ਕੇ ਪਸ਼ਾਵਰ ਉਹਨੇ ਖਬਰ ਦਿੱਤੀ ਵੀ ਆਹ ਹਾਲ ਹੈ ਇੱਥੇ ਔਰ ਫਿਰ ਉਸ ਬਿਮਾਰੀ ਦੀ ਹਾਲਤ ਚ ਨਰੂਆ ਜੰਗ ਦੇ ਮੈਦਾਨ ਚ ਪਹੁੰਚ ਗਿਆ ਕਿਲੇ ਚ ਤੇ ਜਦੋਂ ਪਠਾਣਾ ਨੂੰ ਪਤਾ ਲੱਗਾ ਕਿ ਵੀ ਨਲਵਾ ਆ ਗਿਆ ਤਾਂ ਉਹਦੇ ਨਾਂ ਦੇ ਇਨਕ دہشت ਸੀ ਦੌੜੇ ਔਰ ਇਹ ਹਮੇਸ਼ਾ ਲੱਗਦਾ ਹੈ ਮੈਨੂੰ ਵੀ ਕਿ ਵੀ ਇਵਨ ਨਲਵੇ ਦੇ ਵੀ ਡੈਥ ਕਨਸਪੀਰੇਸੀ ਹੋਏਗੀ ਡੋਗਰਿਆਂ ਦੇ ਹੀ ਕਿਸੇ ਸਪਾਈ ਜਿਹੜਾ ਕੋਈ ਲੁਕਿਆ ਸੀ ਛਟਾਨ ਚ ਕੀ ਆ ਤੇ ਇਹ ਜਾਂਦਾ ਵੀ ਕਾਰਬਾਈਨ ਨਾਲ ਕਿਸੇ ਪਠਾਣ ਨੇ ਗੋਲੀਆਂ ਪਿੱਛੋਂ ਦੀ ਚਲਾਈਆਂ ਜੀ ਲੇਕਿਨ ਜ਼ਖਮੀ ਵੀ ਹੋਏ ਉਹ ਕਿਲੇ ਚ ਆਇਆ ਉਹਨਾਂ ਨੇ ਕਿਹਾ ਜੇ ਖਬਰ ਨਹੀਂ ਦੇਣੀ ਹੈ ਕਿ ਵੀ ਮੈਂ ਜਿਹੜਾ ਸੀਰੀਅਸਲੀ ਵੂਨਡਡ ਹੈ ਇਹਦਾ ਵਾਪਸ ਆ ਜਾਣਗੇ ਸੋ ਅਗਲੇ ਦਿਨ ਅੱਜ ਵੀ ਜਮਰਵਤ ਦੇ ਉਸ ਮੁਕਾਮ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਸ ਜਮਰੋਦ ਦੇ ਕਿਲੇ ਯਾਦ ਹੈ ਹਰੀ ਸਿੰਘ ਨਰੂਏ ਦੀ ਜੀ 1877 ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਇੱਕ ਅਦਭੁਤ ਚਮਤਕਾਰ ਹੋਇਆ ਦਰਸ਼ਨੀ ਜੋੜੀ ਦੇ ਬਾਹਰੋਂ ਲਿਖਿਆ ਵੀ ਹੋਇਆ ਇਹ ਉਹ ਪੀਰੀਅਡ ਸੀ ਕਿ ਇੱਕ Hindu ਬਾਣੀਆਂ ਅੰਬਦਸਰ ਦਾ ਉਹ ਗਿਰਵੀ ਰੱਖ ਰਿਆ ਸੀ ਦਰਬਾਰ ਸਾਹਿਬ ਸਾਰੇ ਨੂੰ ਅੰਗਰੇਜ਼ ਜਿਹੜੇ ਨੇ ਕੁਝ ਲੱਖ ਰੁਪਈਆ ਲੈ ਕੇ ਉਹਨੂੰ Hindu ਬਾਣੀਆਂ ਨੂੰ ਦੇਣ ਲੱਗੇ ਸੀ ਔਰ ਉਸ ਪੀਰੀਅਡ ਜਿਵੇਂ ਉਹ ਵਾਕਿਆ ਉੱਥੇ ਲਿਖਿਆ ਹੋਇਆ ਹੈ ਕਿ ਸਵੇਰ ਵੇਲੇ ਅੰਮ੍ਰਿਤ ਵੇਲੇ ਇੱਕ ਬਹੁਤ ਵੱਡਾ ਰੋਸ਼ਨੀ ਦਾ ਗੋਲਾ ਜਿਹੜਾ ਉਹ ਆਇਆ ਦਸਨੀ ਜੋੜੀ ਤੋਂ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਫਟ ਕੇ ਉਹਦੀ ਦੱਖਣੀ ਬਾਹੀ ਚੋਂ ਨਿਕਲ ਗਿਆ ਅੰਦਰ ਜਿਹੜੇ ਹਜ਼ਾਰ ਦੇ ਕਰੀਬ ਬੈਠੇ ਚਿਰਤਨ ਸੁਣ ਰਹੇ ਸੀ ਇੱਕ ਵਾਰ ਉਹਨਾਂ ਦੀਆਂ ਅੱਖਾਂ ਚੁੰਧਿਆਈਆਂ ਇੰਨੀ ਰੋਸ਼ਨੀ ਸੀ ਕਿ ਉਹਨੂੰ ਅੱਖਾਂ ਖੁੱਲੀਆਂ ਹੀ ਨਹੀਂ ਸੀ ਰੱਖ ਸਕਦੇ ਪਰ ਕਿਸੇ ਨੂੰ ਕੁਝ ਨਹੀਂ ਹੋਇਆ ਔਰ ਉਹਨੂੰ ਇੱਕ ਅਦਭੁਤ ਚਮਤਕਾਰ ਸਮਝਿਆ ਗਿਆ ਅੰਗਰੇਜ਼ਾਂ ਤੱਕ ਵੀ ਇਹ ਖਬਰ ਪਹੁੰਚ ਗਈ ਔਰ ਉਹਨਾਂ ਨੇ ਕਿ ਡਰਦੇ ਵੀ ਸੀ ਉਹਨਾਂ ਨੇ ਕਿਹਾ ਵੀ ਇਹ ਕ੍ਰਿਸ਼ਮਾ ਦਿਖਾਇਆ ਹੈ ਸੋ ਉਹਨਾਂ ਨੇ ਉਹ ਜੜੀ ਪ੍ਰਪੋਜ਼ਲ ਸੀ ਦਰਬਾਰ ਸਾਹਿਬ ਨੂੰ ਉਹਨੂੰ ਮੌਰਗੇਜ ਕਰਨ ਦੀ ਉਹ ਬੰਦ ਕਰ ਦਿੱਤੀ ਸੋ ਇਹ ਵਾਕਿਆ ਜਦੋਂ ਵੀ ਕੋਈ ਵੀ ਜਾ ਕੇ ਉੱਥੇ ਪੜ੍ਹ ਸਕਦਾ ਦਰਸ਼ਨੀ ਜੁੜੀ ਦੇ ਉੱਤੇ 1986 ਜਾਜ ਦੇ ਦਿਨ ਕੋ ਕਿ 29 April ਨੂੰ ਖਾਲਸਾਣ ਦਾ ਐਲਾਨਨਾਮਾ ਹੋਇਆ 30 April ਫਿਰ ਬਰਨਾਲੇ ਦੇ ਆਪਣੇ ਕਮਾਂਡੋ ਔਰ ਦਿੱਲੀ ਤੋਂ ਆਏ ਕਮਾਂਡੋ ਉਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਹਾਲਾਂਕਿ ਐਲਾਨ ਕਰਨ ਵਾਲੀ ਪੰਜ ਮੈਂਬਰੀ ਕਮੇਟੀ ਜਾ ਚੁੱਕੀ ਸੀ ਪਰ ਇਹਦੇ باوجود ਉਹਨਾਂ ਨੇ ਜਿਹੜਾ ਅੰਦਰਖੰਡ ਪਾਰਟੀ ਭੰਗ ਹੋਏ ਕੁਝ ਸ਼ਹੀਦੀਆਂ ਵੀ ਹੋਈਆਂ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਹੋਈਆਂ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 311 ਦੇ ਵਿੱਚ ਰੋਮਨ ਐਮਪਾਇਰ ਦਾ ਬਾਦਸ਼ਾਹ ਐਮਪਰਰ ਗੈਰੀਅਸ ਨੇ ਪਹਿਲੀ ਵਾਰ 크ਿਸਚੀਅਨਿਟੀ ਨੂੰ ਮਾਨਤਾ ਦਿੱਤੀ ਨਹੀਂ ਤਾਂ ਉਹ ਤਾਂ ਪਰਸਕਿਊਟੀ ਕਰਦੇ ਸੀ ਬਾਅਦ ਵਿੱਚ ਰੋਮਨ ਐਮਪਾਇਰ ਵੀ ਖੁਦ ਵੀ ਇਸਾਈ ਹੋ ਗਏ 1492 ਚ ਸਪੇਨ ਦੇ ਵਿੱਚ ਇਨਕੁਜੀਸ਼ਨ ਜਿਹਦੇ ਵਿੱਚ ਯਹੂਦੀ ਔਰ ਮੁਸਲਮਾਨ ਉਹਨਾਂ ਨੂੰ ਉਥੋਂ ਕੱਢਿਆ ਗਿਆ ਜਾਂ ਜ਼ਬਰਦਸਤੀ ਸਾਈ ਬਣਾਇਆ ਗਿਆ 1563 ਚ ਜਿਊਜ਼ ਨੂੰ ਫਰਾਂਸ ਚੋਂ ਬਾਹਰ ਕੱਢਿਆ ਗਿਆ ਐਕਸਪੈਲ ਕੀਤਾ ਗਿਆ 1799 ਚ ਵਾਸ਼ ਜਾਰਜ ਵਾਸ਼ਿੰਗਟਨ ਦੀ ਪ੍ਰੈਜ਼ੀਡੈਂਟ ਦੇ ਤੌਰ ਤੇ ਇਨਾਗੁਰੇਸ਼ਨ ਹੋਈ 1808 ਚ ਪਹਿਲਾ ਟਾਈਪ ਰਾਈਟਰ ਹੈਲਨ ਪੈਲੇਗ੍ਰੀਨੀ ਜਿਹੜਾ ਕਿ ਅ ਤੁਰਕੀ ਸ਼ਾਇਦ ਮੈਂ ਲਿਖ ਨਹੀਂ ਸਕਿਆ ਕਿਹੜੇ ਕੰਟਰੀ ਦਾ ਇਟਲੀ ਇਟਲੀ ਦਾ ਸੀ ਉਸ ਨੇ ਪੇਟੈਂਟ ਕਰਾਇਆ 1857 ਸੈਨੋਜ਼ੇ ਸਟੇਟ ਯੂਨੀਵਰਸਿਟੀ ਇਹ ਹੋਣਾ ਚਾਹੀ 1900 ਦੇ ਵਿੱਚ ਅਮਰੀਕਾ ਨੇ ਹਵਾਈ ਦੇ ਉੱਤੇ ਆਪਣਾ ਅਧਿਕਾਰ ਜਮਾ ਲਿਆ 1904 ਚ ਆਈਸਕ੍ਰੀਮ ਦਾ ਕੋਨ ਇਹ ਪਹਿਲੀ ਵਾਰ ਮਾਰਕੀਟ ਦੇ ਵਿੱਚ ਆਇਆ 1911 ਚ ਪੁਰਤਗਾਲ ਨੇ ਔਰਤਾਂ ਨੂੰ ਵੋਟ ਵੋਟ ਦਾ ਹੱਕ ਦਿੱਤਾ ਔਰ 1975 ਚ ਅਖੀਰਲਾ ਹੈਲੀਕਾਪਟਰ ਜਿਹੜਾ ਉਹ ਸਾਈਗਨ ਵਿਤਨਾਮ ਤੋਂ ਅਮਰੀਕਨਾਂ ਨੂੰ ਲੈ ਕੇ ਵਾਪਸ ਮੁੜਿਆ ਇਹਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਕੋਲ ਅੱਜ ਦਾ ਸਵਾਲ ਹੈ ਤੁਹਾਡੇ ਲਈ ਆਪਣੇ ਆਪ ਨੂੰ ਯੋਗਾ ਗੁਰੂ ਕਹੌਣ ਵੇਲੇ ਮਾਲੇ RAMDEEP ਦੀ DIVYA PHARMACY ਵੱਲੋਂ ਮੁੰਡਾ ਦੇਣ ਵਾਲੀ ਦਵਾਈ ਨੂੰ ਲੈ ਕੇ ਰਾਜਸਭਾ ਵਿੱਚ ਭਾਰੀ ਹੰਗਾਮਾ ਹੋਇਆ ਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਹੰਗਾਮੇ ਬਾਰੇ ਦੇਖੋ ਇਹ ਹੁਣ ਬ੍ਰਾਹਮਣਵਾਦ ਦੇ ਸਾਰੇ ਲੱਛਣ ਨੇ ਔਰਤਾਂ ਨੂੰ ਵੈਸੇ ਹੀ ਪੈਰਾਂ ਦੀ ਜੁੱਤੀ ਸਮਝਦੇ ਨੇ ਨਰਕਦੁਆਰੀ ਉਹਨੂੰ ਸ਼ੁੱਧਰ ਦੇ ਬਰਾਬਰ ਜਨਉ ਪਾਉਣ ਦਾ ਹੱਕ ਨਹੀਂ ਤੇ ਇਹਨੂੰ ਬ੍ਰਾਂਡ ਐਂਬੈਸਡਰ ਬਣਾਇਆ ਹੋਇਆ ਹਰਿਆਣੇ ਦਾ ਇਹਨੂੰ RAMDEB ਨੂੰ ਜੀ ਔਰ ਉਹਦੀਆਂ ਦਵਾਈਆਂ ਦੇ ਪੈਕੇਟ ਕਿ ਜੀ ਇਹ ਪੁੱਤਰ ਬੀਜ ਹੈ ਉਹਨਾਂ ਨੇ ਰਾਜ ਸਭਾ ਦੇ ਵਿੱਚ ਸ਼ੋਕ ਕੀਤੇ ਕਿ ਭਾਈ ਆ ਦੇਖ ਲੋ ਇੱਕ ਪਾਸੇ ਇਹੀ ਹਰਿਆਣਾ ਪੰਜਾਬ ਸਟੇਟਾਂ ਨੇ ਜਿੱਥੇ ਜੈਂਡਰ ਪ੍ਰੋਪੋਰਸ਼ਨ ਨਹੀਂ ਹੈ ਉਹ ਜੋ 1000 ਮੁੰਡਿਆਂ ਦੇ ਪਿੱਛੇ ਜਿਹੜੀਆਂ ਨੇ 800 900 ਕੁੜੀਆਂ ਨੇ ਮਾਰ ਦੁੰਦੇ ਨੇ ਇੱਕ ਤਾਂ ਉਹ ਪ੍ਰੀ ਡੈਟਰਮਿੰਟ ਸੈਕਸ ਹੈ ਜੰਮਣ ਤੋਂ ਪਹਿਲਾਂ ਹੀ ਉਹਦੇ ਥੱਲੇ ਆਬੋਰਸ਼ਨਸ ਨੇ ਹੁਣ ਇਹ ਕੰਮ ਸ਼ੁਰੂ ਕੀਤੇ ਹੋਏ ਨੇ ਇਹਨਾਂ ਨੇ ਔਰ ਇਹ ਇਲੈਗਲ ਹੈ ਕਿਉਂਕਿ ਭਾਰਤੀ ਸੰਵਿਧਾਨ ਦੇ ਥੱਲੇ ਵੀ ਔਰ ਉਹਨੇ ਜਿਹੜਾ ਉਹਨੂੰ ਆਪਣੇ ਆਪ ਨੂੰ ਡਿਫੈਂਡ ਕੀਤਾ ਨੇ ਇਹ ਨਾ ਹੈ ਜੀ ਆਯੁਰਵੈਦਿਕ ਨਾ ਹੈ ਫਰਾਣਾ ਨਾ ਹੈ ਢਮਕਾ ਨਾ ਹੈ ਪਰ ਇਹ ਟ੍ਰੈਂਡ ਦੱਸਦਾ ਹੈ ਜਦੋਂ ਤੁਸੀਂ ਕਿਸੇ ਸੁਸਾਇਟੀ ਦਾ ਵਿਹਾਰ ਦੇਖਣਾ ਜੀ ਦੋ ਦਿਨ ਪਹਿਲਾਂ ਉਹਨਾਂ ਦੇ ਲਾ ਮਿਨਿਸਟਰ ਨੇ ਕਿਹਾ ਕਿ ਜੀ ਇਹ ਜਿਹੜਾ ਰੇਪ ਵਿਦਨ ਮੈਰਿਜ ਹੈ ਜਿਹੜਾ ਬਾਹਰ ਮੰਨਿਆ ਜਾਂਦਾ ਕਿ ਵੀ ਇਵਨ ਇਨ ਮੈਰਿਡ ਕਪਲ ਤੁਸੀਂ ਦੂਸਰੇ ਦੀ ਕੰਸੈਂਟ ਤੋਂ ਬਿਨਾ ਜਿਹੜਾ ਉਹ ਸਬੰਧ ਨਹੀਂ ਬਣਾ ਉਹਨਾਂ ਨੇ ਕਿਹਾ ਜੀ ਇਹ ਸਾਡਾ ਨਹੀਂ ਹੈ ਦਿਸ ਕੈਨ ਹੈਪਨ ਇਨ ਫੋਰਨ ਲੈਂਡ ਓਨਲੀ ਸਾਡੇ ਤਾਂ ਵਿਆਹ ਬੜਾ ਪਵਿੱਤਰ ਸਬੰਧ ਹੈ ਇੱਕ ਵਾਰੀ ਹੋ ਗਿਆ ਬਸ ਹੋ ਗਿਆ ਜੀ ਇਹ ਸ਼ੋਅ ਕਰਦਾ ਉਹ ਨਾਲ ਹੀ ਅਗਲੇ ਦਿਨ ਇਹ ਸਕੈਂਡਲ ਨਿਕਲ ਆਇਆ ਕਿ ਵੀ ਉਹ ਪੁੱਤਰ ਦੇਣ ਦੀਆਂ ਦਵਾਈਆਂ ਵੇਚ ਰਹੇ ਸੋ ਇਹ ਔਰੇ ਸਵਾਮੀ ਬਣੇ ਹੋਏ ਨੇ ਇਹ ਸਭ ਨੂੰ ਇੱਕ ਅੱਖ ਨਾਲ ਦੇਖਦੇ ਨੇ ਇਹਨਾਂ ਲਈ ਪੁੱਤਰ ਧੀਆਂ 'ਚ ਕੋਈ ਫਰਕ ਨਹੀਂ ਹੈ ਮੋਦੀ ਰੌਲਾ ਪਾ ਰਿਹਾ ਹੈ ਕਿ ਜੀ ਮੈਂ ਆਪਣਾ ਕੈਂਪੇਨ ਸ਼ੁਰੂ ਕੀਤਾ ਹੈ ਕਿ ਪੁਤਰੀ ਪੜਾਓ ਪੁਤਰੀ ਬਚਾਓ ਹੈ ਨਾ ਸੋ ਇਹ ਫਰਾਡ ਸਾਰਾ ਸੋ ਇਹ ਰੀਅਲ ਹਿੰਦੂਤਵਾ ਹੈ ਜਿਹੜਾ ਸਾਹਮਣੇ ਆ ਰਿਹਾ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਗੋੜੀ ਰਾਗ ਦੇ ਵਿੱਚ ਗੋੜੀ ਕਬੀਰ ਜੀ ਜਿਹੜਾ ਕਿ ਬ੍ਰਾਹਮਣਵਾਦ ਦੇ ਉੱਤੇ ਜੇ ਗੁਰੂ ਗ੍ਰੰਥ ਸਾਹਿਬ ਚ ਸਭ ਤੋਂ ਤਿੱਖੀ ਜਿਹੜੀ ਛੋਪ ਦੇ ਨਾਲ ਉਹਨਾਂ ਨੂੰ ਐਕਸਪੋਜ਼ ਕਰਨਾ ਹੈ ਤਾਂ ਮੈਂ ਅਕਸਰ ਇਸ ਸ਼ਬਦ ਨੂੰ ਸਮਝਦੇ ਜੀ ਗਰਭ ਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰह्मबिੰਦ ਤੇ ਸਭ ਉਤਪਾਤੀ ਕੋਰੇ ਪੰਡਤ ਬ੍ਰਾਹਮਣ ਕਬ ਕੇ ਹੋਏ ਬ੍ਰਾਹਮਣ ਕਹਿ ਕਹਿ ਜਨਮ ਮਤ ਹੋਏ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਤੋ ਆਨਵਾਟ ਕਾਹੇ ਨਹੀਂ ਆਇ ਤਮ ਕਤ ਬ੍ਰਾਹਮਣ ਹਮ ਕਤ ਸ਼ੂਦ ਹਮ ਕਤ ਲੋਹੂ ਤਮ ਕਤ ਦੂਦ ਕਹੋ ਕਬੀਰ ਜੋ ਬ੍ਰह्म ਵਿਚਾਰੇ ਸੋ ਬ੍ਰਾਹਮਣ ਕਈਤ ਹੈ ਹਮਾਰੇ ਜੀ ਹੁਣ ਉਹ ਕਹਿੰਦੇ ਨੇ ਕਿ ਭਾਈ ਜਦੋਂ ਗਰਭ ਦੇ ਵਿੱਚ ਬੱਚਾ ਹੁੰਦਾ ਵੂਮਬ ਦੇ ਵਿੱਚ ਹੁੰਦਾ ਉਹਦੀ ਨਾ ਕੋ ਕੁੱਲ ਹੁੰਦੀ ਹੈ ਨਾ ਜਾਤ ਹੁੰਦੀ ਹੈ ਬ੍ਰਾਹਮ ਬਿੰਦ ਤੇ ਸਭ ਉਤਪਾਤੀ ਅਲਟੀਮੇਟਲੀ ਜਿਹੜੀ ਵੀ ਕ੍ਰिएशन ਹੈ ਉਹ ਤਾਂ ਬ੍ਰਹਮ ਰੱਬ ਨੇ ਹੀ ਪੈਦਾ ਕੀਤੀ ਹੈ ਵੂਮਬ ਦੇ ਵਿੱਚ ਆਇਆ ਉਦਰ ਦੇ ਵਿੱਚ ਆਇਆ ਫਿਰ ਪੈਦਾ ਹੋਇਆ ਉਹਦੀ ਕੋਈ ਕੁੱਲ ਜਾਤ ਉਹਦੀ ਉਹਦੀ ਯੂਟਰਸ ਦੇ ਵਿੱਚ ਤਾਂ ਨਹੀਂ ਹੈ ਵੂਮਬ ਦੇ ਵਿੱਚ ਤਾਂ ਨਹੀਂ ਹੈ ਕੋਰੇ ਪੰਡਤ ਹੁਣ ਪੰਡਤ ਲਰਨੇਡ ਬੰਦੇ ਨੂੰ ਵੀ ਕਹਿੰਦੇ ਹੋ ਕਹਿੰਦੇ ਹੈ ਪੰਡਤ ਜੀ ਇਹ ਤਾਂ ਸਾਨੂੰ ਦੱਸੋ ਬ੍ਰਾਹਮਣ ਕੱਬ ਕੇ ਹੋਏ ਇਹ ਤੁਸੀਂ ਹੋਏ ਜੰਮੇ ਕਦੋਂ ਦੇ ਹੋ ਤੁਸੀਂ ਬ੍ਰਾਹਮਣ ਕਹਿ ਕੇ ਜਨਮ ਮਤ ਖੋਏ ਆਪਣੇ ਆਪ ਨੂੰ ਬ੍ਰਾਹਮਣ ਸਮਝ ਸਮਝ ਕੇ ਆਪਣਾ ਜਨਮ ਨਾ ਬਰਬਾਦ ਕਰੋ ਹੁਣ ਜਿਹੜਾ ਸਿੱਧਾ ਹਮ ਲਏ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਹੁਣ ਤੂੰ ਜੇ ਸਮਝਦਾ ਵੀ ਬਾਕੀਆਂ ਨਾਲੋਂ ਉੱਚਾ ਹੈ ਤੈਨੂੰ ਉੱਚੀ ਬ੍ਰਾਹਮਣੀ ਨੇ ਜਮਾਇਆ ਤੇਰੀ ਮਾਂ ਨੇ ਆਨਵਾਟ ਕਾਹੇ ਨਹੀਂ ਆਇਆ ਤੋ ਆਨਵਾਟ ਕਾਹੇ ਨਹੀਂ ਆਇਆ ਵੀ ਤੇਰਾ ਵੀ ਜਨਮ ਉਸੇ ਰਸਤੇ ਹੀ ਹੋਇਆ ਉਸੇ ਪ੍ਰੋਸੈਸ ਨਾਲ ਹੋਇਆ ਇਹ ਤੇ ਸਾਰੇ ਹਿਊਮਨ ਬੀਇੰਗਸ ਆ ਹੁੰਦਾ ਤੂੰ ਮੂੰਹ ਥਾਣੀ ਨਿਕਲ ਆਂਦਾ ਜੇ ਏਡਾ ਹੀ ਉੱਚਾ ਹੈ ਮਤਲਬ ਇਹ ਹੈ ਤੇ ਤੂੰ ਕਾ ਤੋ ਬ੍ਰਾਹਮਣ ਹਮ ਕਾ ਤੋ ਸ਼ੂਤ ਤੂੰ ਸਾਨੂੰ ਸ਼ੂਦਰ ਬਣਾਇਆ ਹੋਇਆ ਤੂੰ ਬ੍ਰਾਹਮਣ ਬਣਿਆ ਹੋਇਆ ਤੂੰ ਕਿਹੜੇ ਪਾਸਿਓਂ ਬ੍ਰਾਹਮਣ ਹੈ ਅਸੀਂ ਕਿਹੜੇ ਵਾਸੀਓ ਸ਼ੂਦਰ ਹੈ ਹਮ ਕਥ ਲੋਹੂ ਤੁਮ ਕਥ ਦੂਧ ਵੀ ਜੇ ਸਾਡੀਆਂ ਰਗਾਂ ਚ ਖੂਨ ਹੈ ਤੇ ਤੇਰੀਆਂ ਰਗਾਂ ਚ ਵੀ ਖੂਨ ਹੈ ਜਿਆਦਾ ਤੇਰੀਆਂ ਰਗਾਂ ਚ ਦੁੱਧ ਹੁੰਦਾ ਫਿਰ ਤੂੰ ਕਹਿੰਦਾ ਜੀ ਮੈਂ ਬ੍ਰਾਹਮਣ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਈਅਤ ਹੈ ਹਮਾਰੇ ਕਬੀਰ ਸਾਹਿਬ ਕਹਿੰਦੇ ਨੇ ਕਿ ਸਾਡੀ ਪਰਿਭਾਸ਼ਾ ਚ ਤੂੰ ਬ੍ਰਾਹਮਣ ਨਹੀਂ ਹੈ ਅਸੀਂ ਬ੍ਰਾਹਮਣ ਉਸ ਨੂੰ ਕਹਿੰਦੇ ਆ ਜਿਹੜਾ ਬ੍ਰਹਮ ਨੂੰ ਵਿਚਾਰਦਾ ਕੰਟੈਂਪਲੇਟਸ ਓਨ ਦਾ ਗੋਡਸ ਨੇਮ ਜਿਹੜਾ ਕਿ ਰੱਬ ਦੇ ਨਾਲ ਜੁੜਿਆ ਹੋਇਆ ਬ੍ਰਹਮ ਬ੍ਰਹਮ ਰੱਬ ਦੇ ਲਈ ਹੈ ਸ਼ਬਦ ਕਿ ਵੀ ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਉਹ ਬ੍ਰਾਹਮਣ ਹੈ ਜਿਹੜਾ ਬ੍ਰਾਹਮਣੀ ਨੇ ਜੰਮਿਆ ਉਹ ਬ੍ਰਾਹਮਣ ਨਹੀਂ ਹੈ ਸੋ ਮੈਂ ਸਮਝਦਾ ਵੀ ਮਾਰਵਲਸ ਸਟੇਟਮੈਂਟ ਜੀ ਜੀ ਬਿਲਕੁਲ ਔਰ ਸਾਹਿਬ ਇਸ ਨਾਲ ਆਪਣੇ ਟ੍ਰਾਂਸਲੇਟ ਕਰਕੇ ਸਾਰੇ ਪਾਸੇ ਦੀਆਂ ਕਾਪੀਆਂ ਦੇਣੀਆਂ ਚਾਹੀਦੀਆਂ ਹੈ ਅੰਗਰੇਜ਼ੀ ਚ ਨਾਲ ਜੀ ਜੀ ਬਿਲਕੁਲ ਜਰੂਰ ਜਰੂਰ ਇਰਤ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਸ ਕੋਲ ਲੈਣੇ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ s o s@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਦੇਖ ਕੇ ਦੇਖਦੇ ਰਹੋ tv84 ਤੇ ਬੁਲਾਦੇ ਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ